ਰੰਧਾਵੇ ਵਾਲੇ ਬਾਬਿਆਂ ਦਾ ਮੁੰਡਾ ਗੁਰਪ੍ਰੀਤ ਸਿੰਘ। ਮੇਰਾ ਪਿਓ ਵਿਦਿਆ ਮਾਰਦੰਡ ਨਹੀਂ, ਇਹ ਗੱਪ ਮਾਰਦੰਡ ਹੈ। ਗੱਪੀਆਂ ਦਾ ਬਾਦਸ਼ਾਹ ਇਹ ਭਰੀਆਂ ਪਈਆਂ ਕਥਾ ਨੈੱਟ ਦੇ ਉੱਤੇ। ਦੂਸਰਾ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਪਿਛਲੇ ਸਮੇਂ ਤੋਂ ਕਦੇ ਸ਼੍ਰੀ ਹਰਿਮੰਦਰ ਸਾਹਿਬ ਦੇ ਪ੍ਰਤੀ, ਕਦੇ ਸਰੋਵਰ ਦੇ ਪ੍ਰਤੀ, ਅਤੇ ਕਦੇ ਸਾਡੀਆਂ ਜਿਹੜੀਆਂ ਦਸਮ ਪਾਤਸ਼ਾਹ ਨੇ ਸਾਨੂੰ ਮਹਾਨ ਪੰਥਕ ਰਵਾਇਤਾਂ ਬਖਸ਼ਿਸ਼ ਕੀਤੀਆਂ ਨੇ, ਉਹਨਾਂ ਦੇ ਪ੍ਰਤੀ ਸਮੇਂ ਸਮੇਂ 'ਤੇ ਟਿੱਪਣੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਭਾਵੇਂ ਕਿ ਅੱਜ ਦਾ ਜਿਹੜਾ ਵਿਸ਼ਾ ਉਹ ਅਸੀਂ ਆਪਣੀ ਇਸ ਨਿੱਜੀ ਜਿਹੜਾ ਸਾਡੇ ਵਿਰੁੱਧ ਕੀਤਾ ਗਿਆ ਉਹਦੇ ਖਿਲਾਫ਼ ਹੈ, ਪਰ ਅਸੀਂ ਹੁਣ ਇਹ ਵੀ ਫੈਸਲਾ ਕੀਤਾ ਕਿ ਭਵਿੱਖ ਦੇ ਵਿੱਚ ਜਦੋਂ ਵੀ ਇਹ ਇਸ ਤਰ੍ਹਾਂ ਦੀ ਕੋਈ ਅਪਮਾਨਜਨਕ ਟਿੱਪਣੀ ਜਿਹੜੀ ਸਿੱਖ ਸਿਧਾਂਤਾਂ ਦੇ ਉਲਟ, ਜਿਹਦੇ ਨਾਲ ਸਾਡੀਆਂ ਪਰੰਪਰਾਵਾਂ ਕਮਜ਼ੋਰ ਹੁੰਦੀਆਂ ਹੋਣ, ਤਾਂ ਉਹਦੇ ਲਈ, ਕਿਉਂਕਿ ਇਹ ਖੁਦਾ ਨਹੀਂ ਹੈ, ਇਹ ਇਨਸਾਨ ਹੀ ਹੈ ਅਤੇ ਇਨਸਾਨ ਦੇ ਉੱਤੇ ਕਾਨੂੰਨ ਲਾਗੂ ਹੁੰਦਾ, ਤਾਂ ਅਸੀਂ ਕਿ ਜਿੰਨੀਆਂ ਵੀ ਕਾਨੂੰਨ ਦੀਆਂ ਪ੍ਰੋਵੀਜ਼ਨਾਂ ਨੇ ਉਹਦੇ ਤਹਿਤ ਮਤਲਬ ਜਿਹੜਾ ਹੈਗਾ ਇਹ ਬਿਲਕੁਲ ਮੈਂ ਅੱਜ ਸਪਸ਼ਟ ਐਲਾਨ ਕਰਦਾ, ਅਤੇ ਅਸੀਂ ਹਮੇਸ਼ਾ ਹੀ ਮਤਲਬ ਜਿਹੜਾ ਹੈਗਾ ਇਹਦੇ ਉੱਤੇ, ਕਿਉਂਕਿ ਮੈਂ ਨੈਤਿਕ ਤੌਰ 'ਤੇ ਆਪਣਾ ਫਰਜ਼ ਸਮਝਦਾ ਕਿ ਜਿਸ ਜਗ੍ਹਾ ਦੇ ਉੱਤੇ ਦਸਮ ਪਾਤਸ਼ਾਹ ਦੇ ਪਰਿਵਾਰ ਦਾ ਲਹੂ ਡੁੱਲਿਆ ਹੋਵੇ, ਅਤੇ ਉਸ ਧਰਤੀ ਤੋਂ ਮੈਨੂੰ ਬੜੀ ਛੋਟੀ ਉਮਰ ਦੇ ਵਿੱਚ ਬਹੁਤ ਵੱਡੀ ਸੇਵਾ ਮਿਲੀ, ਅਤੇ ਮੈਂ ਆਪਣਾ ਨੈਤਿਕ ਫਰਜ਼ ਸਮਝ ਕੇ ਹੁਣ ਜਿੱਥੇ ਅਸੀਂ ਹੋਰ ਲੜਾਈ ਲੜ ਰਹੇ ਹਾਂ, ਪੰਥ ਦੀ ਲੜਾਈ ਲੜ ਰਹੇ ਹਾਂ, ਤਾਂ ਇਹ ਵੀ ਇੱਕ ਬਹੁਤ ਵੱਡੀ ਇਸ ਸਮੇਂ ਸਾਡੇ ਸਾਹਮਣੇ ਇਸ ਤਰ੍ਹਾਂ ਦੀ ਗੱਲ ਆ ਰਹੀ ਹੈ। ਤਾਂ ਜਦੋਂ ਵੀ ਕੋਈ ਇਹੋ ਜਿਹਾ ਪ੍ਰਚਾਰਕ ਜਿਹੜਾ ਹੈਗਾ ਉਹ ਸਾਨੂੰ ਸਾਡੇ ਸਿਧਾਂਤਾਂ ਨੂੰ ਤੋੜਨ ਦਾ ਯਤਨ ਕਰੂਗਾ, ਤਾਂ ਉਹਦੇ ਲਈ ਅਸੀਂ ਹੁਣ ਠੋਸ ਕਦਮ ਜਿਹੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਚੁੱਕਾਂਗੇ।